ਕਣਕ ਦਾ ਜਨਾਜ਼ਾ ਹੋ ਗਿਆ, ਬਸ ਮਕਈ ਦੀਆਂ ਸਫ਼ਾ ਬਣੀਆਂ ਖਲੀਆਂ ਨੇ, ਮਕਈ ਦਾ ਵੀ ਜਨਾਜ਼ਾ ਹੋ ਜਾਸੀ ਦਾ। ਉਹ ਸੁਬਾ ਦਾਈਆਂ ਦੀ ਵਾਰੀ ਹੈ। ਹਕੂਮਤ ਨੂੰ ਅਸੀਂ ਕੀ ਆਖੀਏ ਤੇ ਕੀ ਹਕੂਮਤ ਸਾਡੇ ਵਾਸਤੇ ਕਰਦੀ? ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਬਾਈ ਮੁਹੰਮਦ ਆਸਿਫ ਖਿੱਚੀ ਅਤੇ ਮੇਰੇ ਨਾਲ ਬੈਠੇ ਨੇ ਬਾਈ ਅਬਾਸ। ਅਤੇ ਇੱਥੇ ਜਨਾਬ ਮੈਂ ਆਪਦੇ ਦਾਈਆਂ ਦੇ ਕਿੱਲੇ ਨੂੰ ਖਾਦ ਸੱਟਣ ਆਇਆ। ਬਾਈ ਅਬਾਸ ਹੋਰੀ ਜਿਹੜਾ ਉਹ ਵੀ ਆਪਦੇ ਦਾਈਆਂ ਦੀ ਰਖਵਾਲੀ ਕਰ ਰਹੇ ਨੇ ਮੁੰਜੀ ਦੀ, ਅਤੇ ਅੱਜ ਮੁੰਜੀ ਦੇ ਵਿੱਚ ਕੋਈ ਦਵਾਈ ਸ਼ਵਾਈ ਜਿਹੜਾ ਨਾ ਛਿੜਕਾ ਰਹੇ ਨੇ ਕੀੜੇ ਵਾਲੀ। ਅਤੇ ਬਾਈ ਅਬਾਸ ਕੋਲ ਬੈਠਾ ਮੈਂ, ਆਖਾਂ ਵੀ ਕੋਈ ਦੁੱਖ ਸੁੱਖ ਦੀਆਂ ਗੱਲਾਂ ਕਰ ਲਈਏ ਤੁਹਾਡੇ ਵੀਰਾਵਾਂ ਨਾਲ। ਅਤੇ ਬਾਈ ਅਬਾਸ ਕੋਲ ਵੀ ਜਾਣਨਾ ਵੀ ਸੁਣਾਓ ਕੀ ਭਾਅ ਬੀਤਦੀ ਪਈ ਹੈ ਅਤੇ ਕੀ ਭਾਅ ਕਣਕ ਨੇ ਬਿਤਾਈ ਹੈ ਅਤੇ ਹੁਣ ਅੱਗੇ ਕੀ ਭਾਅ ਬੀਤਦੀ ਪਈ ਹੈ ਅਤੇ ਜਿਹੜੀ ਹਕੂਮਤ ਹੈ ਇਹਦੇ ਬਾਰੇ ਤੁਹਾਡੇ ਕੀ ਖਿਆਲਾਤ ਨੇ? ਅਸਲਾਮੁ ਅਲੈਕੁਮ। ਵਾਲੇਕੁਮ ਅਸਲਾਮ ਜੀ। ਅਬਾਸ ਬਾਈ ਕੀ ਹਾਲ ਚਾਲ? ਅਲਹਮਦੁਲਿਲਾ, ਸ਼ੁਕਰ ਹੈ ਅੱਲਾ ਪਾਕ ਦਾ, ਤੁਸੀਂ ਸੁਣਾਓ? ਸ਼ੁਕਰ ਹੈ ਜੀ ਰੱਬ ਦਾ। ਸੁਣਾਓ ਅਬਾਸ ਬਾਈ, ਕਣਕ ਐਤਕੀ ਕਿੰਨੀ ਬੀਜੀ ਹੋਈ ਹੈ? ਮਾਸ਼ਾਅੱਲਾ ਜੀ, ਸਾਡਾ ਤਾਂ ਸ਼ੁਕਰ ਹੈ ਅੱਲਾ ਪਾਕ ਦਾ, ਸਾਡੀ ਤਾਂ ਹਾਈ ਸਿਰਫ ਖਾਵਣ ਦੀ ਬਚ ਨਿਕਲੇ। ਹਾਂ, ਅਸੀਂ ਤਾਂ ਬਚ ਗਏ ਹਾਂ ਅਤੇ ਬਾਕੀ ਜਿਹੜੀ ਸਾਰੀ ਆਵਾਮ ਹੈ ਇਸ ਵਾਰੀ ਤਕਰੀਬਨ 70-85% ਆਪਣੇ ਪੰਜਾਬ ਦੇ ਵਿੱਚ ਕਣਕ ਆਈ। ਲੋਕਾਂ ਨੇ ਆਲੂ ਪੱਟ ਪੱਟ ਤੇ ਜਨਾਬ ਕਣਕਾਂ ਲਾ ਦਿੱਤੀਆਂ ਵੀ ਇਸ ਵਾਰੀ ਕਣਕ ਦਾ ਰੇਟ ਚੰਗਾ, ਪਿਛਲੀ ਵਾਰੀ ਵੀ ਚੰਗਾ ਹੋਇਆ ਤੇ ਇਸ ਵਾਰੀ ਵੀ ਚੰਗਾ ਹੋ ਸੀ। ਬੰਦਿਆਂ ਨੇ ਕੱਚੀਆਂ ਪਟਾਈਆਂ ਕਰ ਤੇ ਉਹਨਾਂ ਨੇ ਜਨਾਬ ਆਣ ਕਣਕਾਂ ਰਲਾਈਆਂ ਤੇ ਅੱਲਾ ਪਾਕ ਨੇ ਇਸ ਸਾਡੇ ਤੇ ਫਜ਼ਲ ਫਰਮਾਇਆ ਕਿ ਐਸੀ ਚੰਗੀ ਹਕੂਮਤ ਆਈ। ਹੁਣ ਸਾਡੇ ਕੋਲ ਤਾਂ ਸਿਵਾ ਵੱਧ ਦੁਆਵਾਂ ਤੋਂ ਹੋਰ ਗੱਲ ਹੀ ਕੋਈ ਹੈਗੀ, ਬਾਕੀ ਇਹ ਹਾਲ ਬਣਿਆ, ਇਹ ਹਾਲ ਹੈ, ਹੋਰ ਅਸੀਂ ਕਰ ਕੁਝ ਨਹੀਂ ਸਕਨੇ, ਰੋਣਾ ਕਰਲਾਵਣਾ ਹੈ, ਬਾਕੀ ਸਾਡੇ ਅੱਲਾ ਪਾਕ ਦੀ ਜ਼ਾਤ ਫਜ਼ਲ ਕਰੇ। ਲੇਕਿਨ ਜੇ ਉਹ ਹਕੂਮਤ ਕੀਤੀ ਖੜੀ ਹੈ ਉਹ ਤਾਂ ਸਾਰਿਆਂ ਨੂੰ ਹੀ ਨਿਗੇ ਆਉਂਦਾ ਪਿਆ, ਸਾਰੇ ਵੇਖੀ ਖੜੇ ਨੇ, ਸਾਰਿਆਂ ਤੇ ਬੀਤਦੀਆਂ ਪਈਆਂ ਨੇ। ਕਣਕ ਦਾ ਇਹ ਕੀ ਆਉਂਦੇ ਨੇ, ਹਕੂਮਤ ਜਾਂ ਇਦਾਰੇ ਕਿਸੇ ਨਾਲ ਗੱਲ ਕਰੀਏ ਨਾ, ਉਹ ਆਉਂਦੇ ਨੇ ਸਾਰਾ ਪਾਕਿਸਤਾਨ ਵਿੱਚ ਸਾਰਿਆਂ ਤੋਂ ਸੁੱਖ ਵਿੱਚ ਜਿਹੜਾ ਹੈ ਨਾ ਉਹ ਕਿਸਾਨ ਹੈ, ਕਿਉਂਕਿ ਮੁਲਕ ਨੂੰ ਇਹ ਖਾਧੇ ਜਾਂਦੇ ਨੇ, ਇਹ ਖਾਧੇ ਜਾਂਦੇ ਨੇ ਕਿ ਜਿਹੜੇ ਤਾਜਰ ਲੋਕ ਨੇ ਏਸੀਆਂ ਥੱਲੇ ਬਹਿ ਕੇ ਅਸੀਂ ਸੱਪਾਂ ਦੀਆਂ ਸਿਰੀਆਂ ਲਿਤਾੜ ਤੇ ਦੇ ਰਾਤ ਇੱਕ ਕਰਦੇ, ਹੁਣ ਗਰਮੀ ਵੇਖੋ ਕਿੰਨੀ ਹੈ ਤੇ ਕੋਈ ਤਾਜਰ ਲੋਕ ਨੂੰ ਉਹਨਾਂ ਨੂੰ ਆਖੀਏ ਨਾ ਵੀ ਆਓ ਸਾਡੀ ਫਸਲ ਨੂੰ ਕਿਸੇ ਕੋਈ ਵੱਡੇ ਅਫਸਰ ਨੂੰ ਵੀ ਸਾਡੇ ਆ ਤੇ ਤੂੰ ਮੋਗੀ ਦਾ ਪਾਣੀ ਵੇਖ ਲਓ। ਨਾਲੇ ਬਸ ਬਾਈ ਗੱਲ ਇਹ ਹੈ ਵੀ ਜਿਸ ਕੰਡੀਸ਼ਨ ਵਿੱਚ ਆਪਾਂ ਹੁਣ ਬੈਠੇ ਹਾਂ ਤੁਹਾਡੇ ਪੈਰ ਵੀ ਜੁੱਤੀ ਕੋਣੀ ਤੇ ਮੇਰੇ ਪੈਰ ਵੀ ਜੁੱਤੀ ਕੋਣੀ, ਕੀ ਹਾਲ ਆ ਬਗੈਰ ਨਾਸ਼ਤੇ ਤੋਂ, ਤੂੰ ਟਾਈਮ ਕੀ ਹੋਇਆ ਹਾਲਾ ਤੇ ਸੁਬਾਹ ਦਾ ਟਾਈਮ ਹੈ ਹਾਲੇ ਹੁਣ 8 ਹੁੰਦੇ ਪਏ, 8 ਵੀ ਨਹੀਂ ਹੋਇਆ ਹਾਲੇ, 8 ਵੀ ਨਹੀਂ ਹੋਇਆ ਤੇ 38 ਸੈਂਟੀਗ੍ਰੇਡ ਤੇ ਗਰਮੀ ਪਹੁੰਚੀ ਖੜੀ ਹੈ ਤੇ ਪਸੀਨੋ ਪਸੀਨ, ਹਾਂ ਵੇਖ ਲਾ ਪਸੀਨਾ ਹੀ ਹੈਗਾ ਹੋਰ ਕੀ ਹੈ, ਔਰ 6 ਮਹੀਨੇ ਇਹੋ ਹਾਲ ਆ ਰਿਹਾ ਹੈ, 6 ਮਹੀਨੇ ਇਹੋ ਹਾਲ ਰਿਹਾ ਹੈ, ਔਰ ਕਣਕ ਵਿੱਚੋਂ ਬਜਾਏ ਫਾਇਦੇ ਦੇ ਨੁਕਸਾਨ ਹੈ ਤੇ ਨੁਕਸਾਨ ਹੋਇਆ, ਨੁਕਸਾਨ ਹੋਇਆ। ਇਸੇ ਤਰੀਕੇ ਹੁਣ ਮਕਈ ਦੇ ਬਾਰੇ ਕੀ ਖਿਆਲਾਤ ਨੇ? ਮਕਈ ਦੇ ਬਾਰੇ ਜਨਾਬੇ ਵਾਲ ਅੱਗੇ ਜਿਵੇਂ ਕਣਕ ਦਾ ਜਨਾਜ਼ਾ ਹੋ ਗਿਆ, ਬਸ ਮਕਈ ਦੀਆਂ ਸਫਾ ਬਣੀਆਂ ਖੜੀਆਂ ਨੇ, ਮਕਈ ਦਾ ਵੀ ਜਨਾਜ਼ਾ ਹੋ ਜਾਸੀ ਦਾ, ਉਹ ਸੁਬਾ ਦਾਈਆਂ ਦੀ ਵਾਰੀ ਹੈ। ਹਕੂਮਤ ਨੂੰ ਅਸੀਂ ਕੀ ਆਖੀਏ ਤੇ ਕੀ ਹਕੂਮਤ ਸਾਡੇ ਵਾਸਤੇ ਕਰਦੀ? ਬਾਕੀ ਬਾਹਰ ਦੇ ਮੁਲਕਾਂ ਵਾਸਤੇ ਜਨਾਬੇ ਵਾਲਾ ਜਾ ਤੇ ਵੇਖੋ, ਕਿਸਾਨ ਨੂੰ ਇੰਨੀਆਂ ਜਨਾਬੇ ਵਾਲਾ ਸਬਸਿਡੀਆਂ, ਇੰਨੀਆਂ ਸਹੂਲਤਾਂ, ਇੰਨੇ ਅੱਛੇ ਬੀ, ਇੰਨੀਆਂ ਅੱਛੀਆਂ ਫਸਲਾਂ ਦੇ ਰੇਟ ਤੇ ਸਾਨੂੰ ਆਪਣੇ ਆਪ ਪੰਜਾਬ ਤੋਂ ਹਟ ਤੇ ਬਾਕੀ ਸਾਰੇ ਹੀ ਹੈ ਪੰਜਾਬ ਪਾਕਿਸਤਾਨ ਤੋਂ ਹਟ ਤੇ। ਅੱਛਾ ਨਾ, ਇਸ ਤੋਂ ਇਲਾਵਾ ਇੱਕ ਹੋਰ ਵੀ ਹੈ ਗੱਲ ਅਬਾਸ ਬਾਈ, ਹਕੂਮਤ ਉਹ ਹੁੰਦੀ ਹੈ ਜਿਹਨੂੰ ਮੈਂ ਤਾਂ ਇਹਨੂੰ ਹਕੂਮਤ ਕਹਿੰਦੇ ਨਹੀਂ, ਇਹ ਤਾਂ ਨਿਰੇ ਮਿਰਾਸੀ ਤੇ ਟਿਕ ਟੋਕਰ ਇੱਕ ਤਾਂ ਇਸਲਾਮ ਵਿੱਚ ਪਹਿਲੇ ਤਾਂ ਔਰਤ ਦੀ ਹੁਕਮਰਾਨੀ
ਜਿਹੜੀ ਆ ਜਾਇਜ਼ ਹੀ ਨਹੀਂ, ਜਾਇਜ਼ ਹੀ ਨਹੀਂ ਹੈਗੀ। ਤੇ ਦੂਸਰਾ ਇਹ ਔਰਤ ਤਾਂ ਹੈ ਹੀ ਨਹੀਂ, ਮੈਂ ਤੈਨੂੰ ਸਮਝਣੇ ਖੁਸਰਾ ਜਿਹੜਾ ਟਿਕ ਟੋਕਰਾਂ ਤੇ ਕਿਧਰੇ ਨੱਚਵੇ ਤੇ ਕਿਧਰੇ ਜਨਾਬ ਮੇਰੀ ਉਹ ਬਸ ਆਦੀਆਂ ਮਸਤੀਆਂ ਵਿੱਚ ਹਨ। ਹਾਂ ਆਦੀਆਂ ਮਸਤੀਆਂ ਵਿੱਚ ਹਨ, ਮੁਲਕ ਸਾਰਾ ਉਜੜ ਗਿਆ ਹੈ, ਉਜੜ ਗਿਆ ਤੇ ਉਜਾੜ ਦਿੱਤਾ ਨੇ। ਦੂਸਰੀ ਗੱਲ ਇਹ ਹੈਗੀ ਹੈ ਕਿ ਅਗਰ ਕਿਸਾਨ ਖੁਸ਼ਹਾਲ ਹੋਏਗਾ ਨਾ ਤੇ ਮੁਲਕ ਵੀ ਖੁਸ਼ਹਾਲ ਹੋਏਗਾ, ਫਸਲ ਅੱਛੀ ਹੋਸੀ, ਮੁਲਕ ਖੁਸ਼ਹਾਲ ਹੋਸੀ, ਤੁਹਾਡੇ ਮਜ਼ਦੂਰ ਖੁਸ਼ਹਾਲ ਹੋਸੀ, ਤੁਹਾਡੇ ਸ਼ਹਿਰ ਖੁਸ਼ਹਾਲ ਹੋਣਗੇ। ਜ਼ਿਮੀਦਾਰ ਕੋਲ ਚਾਰ ਆਨੇ ਆਵਣਗੇ ਤਾਂ ਸ਼ਹਿਰ ਨੂੰ ਜਾਵੇਗਾ, ਜੇ ਜ਼ਿਮੀਦਾਰ ਕੋਲ ਸ਼ਹਿ ਕੋਨੀ ਤਾਂ ਉਹਨੇ ਬਦਦੁਆਵਾਂ ਦੇਣੀਆਂ ਨੇ ਤੇ ਆਰਾਮ ਨਾਲ ਦਾ ਗਰੀਬ ਹੈ। ਦੇਖੋ ਸ਼ਹਿਰ ਨੂੰ ਆਵਾਜ਼ ਭਾਈ ਰਾ ਭਾਈ ਮੂੰਹ ਕਰੀਏ ਨਾ ਤੇ ਸਾਰੇ ਦੁਕਾਨਦਾਰ ਵੀ ਹੱਥ ਵਲੇਟ ਤੇ ਬੈਠੇ ਨੇ, ਬੈਠੇ ਨੇ ਤੇ ਉਹਨਾਂ ਤੋਂ ਪੁੱਛੀਏ ਤਾਂ ਉਹ ਗੁਆਂ ਦੇ ਨੇ ਵੀ ਮੀਆਂ ਕਣਕ ਦਾ ਐਤਕੀ ਰੇਟ ਕੋਈ ਨਹੀਂ ਸੀ, ਜ਼ਿਮੀਦਾਰ ਕੋਲ ਪੈਸਾ ਆਵੇ ਤੇ ਜ਼ਿਮੀਦਾਰ ਸ਼ਹਿਰ ਨੂੰ ਜਾਵੇ, ਜ਼ਿਮੀਦਾਰ ਕੋਲ ਪੈਸਾ ਕੋਈ ਤੇ ਉਹ ਸ਼ਹਿਰ ਨੂੰ ਕੀ ਕਰਨ ਜਾਵੇ। ਤੇ ਦੋਸਤੋ ਤੁਸੀਂ ਸਾਨੂੰ ਚੜ੍ਹਦੇ ਪੰਜਾਬ ਤੋਂ ਵੀ ਵੇਖਦੇ ਹੋ ਤੇ ਮੈਂ ਤੁਹਾਨੂੰ ਵੀ ਦੱਸਦਾ ਚੱਲਾਂ, ਸਾਡੇ ਜਿਹੜੇ ਪਾਕਿਸਤਾਨੀ ਕਿਸਾਨ ਪੰਜਾਬ ਯਾਨੀ ਕਿ ਲਹਿੰਦੇ ਪੰਜਾਬ ਦੇ ਲੋਕ ਹੈ ਨਾ, ਅਸੀਂ ਜਨਾਬ ਮਿਹਨਤ ਤੁਹਾਡੇ ਤੋਂ ਵੀ ਜ਼ਿਆਦਾ ਕਰਦੇ ਹਾਂ, ਯਾਨੀ ਕਿ ਤੁਹਾਡੇ ਕੋਲ ਸਹੂਲੀਅਤ ਜ਼ਿਆਦਾ ਨੇ, ਸਾਡੇ ਕੋਲ ਕੁਛ ਸਹੂਲੀਅਤ ਘੱਟ ਨੇ, ਮਿਹਨਤ ਜ਼ਿਆਦਾ ਕਰਨੇ ਹੈ, ਲੇਕਿਨ ਸਾਡੇ ਪੱਲੇ ਸ਼ੈ ਕੋਈ ਨਹੀਂ ਪੈਂਦੀ। ਹੁਣ ਇਹ ਗੱਲਾਂ ਆਮ ਜਿਹੀਆਂ ਨੇ ਕਿ ਤੁਹਾਡੇ ਕੋਲ ਯੂਰੀਆ ਦਾ ਗੱਟੂ 270 ਰੁਪਏ ਦਾ ਹੈ, ਸਾਡੇ ਕੋਲ 5,500 ਦਾ ਹੈ, ਤੁਹਾਡੇ ਕੋਲ ਡੀ ਏ ਪੀ ਜਿਹੜੀ ਹੈ ਉਹ 1,000 ਤੋਂ 1,200 ਤੱਕ ਰਹਿੰਦੀ ਹੈ, ਸਾਡੇ ਕੋਲ 15,000 ਤੱਕ ਜਾਂਦੀ ਹੈ, ਉਹੀਓ ਗੱਟੂ 15,000 ਤੱਕ ਜਾਂਦਾ ਹੈ। ਅਗਰ ਤੁਸੀਂ ਡਬਲ ਤੋਂ ਟ੍ਰਿਪਲ ਟ੍ਰਿਪਲ ਤੋਂ ਵੀ 4 ਦਫਾ ਪੈਸੇ ਨੂੰ ਵਧਾ ਘਟਾ ਲਓ ਨਾ, ਵੀ ਤੁਸੀਂ ਆ ਕਰੰਸੀ ਤੁਹਾਡੀ ਇੰਡੀਆ ਦੀ ਵੱਡੀ ਹੈਗੀ, ਅਤੇ ਫਿਰ ਵੀ ਜਿਹੜਾ ਨਾ ਸਾਡੀ ਹਕੂਮਤ ਸਾਡੇ ਨਾਲ ਚੰਗੀ ਮਦਦ ਕੀਤੀ ਖੜੀ ਹੈ, ਦੂੜ ਕੱਢੀ ਖੜੀ ਹੈ। ਵੇਖੋ ਆਦੀ ਕਣਕ ਸੋਨੇ ਰੰਗੀ ਛੱਡ ਤੇ ਤੇ ਉਹਨਾਂ ਨੇ ਬਿਕਾਰ ਗੰਦੀ ਸੜੀ ਗਲੀ ਹੋਈ, ਉਹਨਾਂ ਨੇ ਬਾਰ ਬਾਰ ਉਸ ਕੀੜਿਆਂ ਵਾਲੀ ਬਾਹਰੋਂ ਸਦਾ ਲਈ ਹੈ। ਤੁਸੀਂ ਮੁੱਲ ਹੀ ਲੈਣੀ ਹੈ ਤਾਂ ਆਦੇ ਮੁਲਕ ਤੋਂ ਤਾਂ ਲੈ ਲਵੋ ਤੁਸੀਂ ਯਾਰ ਨਾ, ਆਦੇ ਮੁਲਕ ਤੋਂ ਲਈ ਨਹੀਂ ਤੇ ਬਾਹਰੋਂ ਜਿਹੜੇ ਜਿੰਨੀ ਦੇਰ ਨਾ ਅਸੈਂਬਲੀ ਹਾਲਾਂ ਦੇ ਵਿੱਚ ਆਪਣੇ ਕਿਸਾਨਾਂ ਦੇ ਪੁੱਤਰ ਨਹੀਂ ਨਾ ਜਾਵਣਗੇ ਤੇ ਜ਼ਿਮੀਦਾਰਾਂ ਦੇ ਪੁੱਤਰ ਨਹੀਂ ਜਾਵਣਗੇ, ਗਰੀਬਾਂ ਦੇ ਪੁੱਤਰ ਪੜਦੇ ਨਹੀਂ ਜਾਵਣਗੇ, ਉਨੀ ਦੇਰ ਮਸਲਾ ਹੱਲ ਨਹੀਂ ਹੋ ਸਕਦਾ। ਉਹਨਾਂ ਨੇ ਕਿਸੇ ਨੂੰ ਆਵਣ ਹੀ ਨਹੀਂ ਦੇਣਾ ਅੱਗੇ, ਕਿਉਂਕਿ ਇਹ ਤੇ ਸਾਰੇ ਰਿਸ਼ਵਤ ਖੋਰ ਅੱਗੇ ਬੈਠੇ ਹੈ, ਇਹ ਤੇ ਹਰ ਬੰਦਾ ਚੰਗਿਆਂ ਸਕੂਲਾਂ ਦੀਆਂ ਇੰਨੀਆਂ ਫੀਸਾਂ ਨੇ, ਗਰੀਬ ਬੰਦਾ ਉਹ ਨਹੀਂ ਦੇ ਸਕਦਾ, ਪੈਟਰੋਲ ਤੇਲ ਇੰਨੇ ਮਹਿੰਗੇ ਆਣ, ਉਹਨੇ ਤਾਂ ਹਵੇਲੀ ਜਾਵੀਏ ਤੇ 300 ਦਾ ਤੇਲ ਹੈ ਰੋਜ਼ਾਨਾ, ਕਿਹੜਾ ਮਾੜਾ ਬੰਦਾ ਜਿਹਨੇ 500-700 ਦਿਹਾੜੀ ਕਰਨੀ ਹੈ ਤੇ ਉਹ ਕਿਵੇਂ 300 ਰੁਪਈਏ ਨਾਲ ਬਾਲ ਆਦੇ ਸਕੂਲ ਗੱਲੇ, ਫੀਸਾਂ ਕਿੱਥੋਂ ਦੇਵੇ ਯਾਰ, ਤੇ ਘਰ ਦਾ ਖਰਚਾ ਕਿਵੇਂ ਕਰੇ। ਤੁਸੀਂ ਹੁਣ ਆਪਦੇ ਰੱਕਾ ਕੰਮ ਕਰ ਰਹੇ ਹੋ ਇੱਥੇ ਖੇਤ ਵਿੱਚ, ਮੈਂ ਵੀ ਆ ਕੇ ਖਾਸ ਸੱਟੀ, ਇਹ ਕੰਮ ਕਰਨ ਦਾ ਮਕਸਦ ਇਹ ਹੈ ਕਿ ਮੈਨੂੰ ਮਜ਼ਦੂਰੀ ਬਚ ਜਾਵੇਗੀ ਜਾਵੇਗੀ, ਠੀਕ ਹੈ, ਮੈਨੂੰ ਕਿਸੇ ਨੂੰ ਮਜ਼ਦੂਰੀ ਨਹੀਂ ਦੇਣੀ ਪਈ, ਔਰ ਮੈਂ ਕੰਮ ਵੀ ਤਸੱਲੀ ਨਾਲ ਕਰ ਲੈ ਸਾਂ, ਠੀਕ ਹੋ ਗਿਆ, ਮਜ਼ਬੂਰੀ ਬਣੀ ਖੜੀ ਹੈ। ਲੇਕਿਨ ਅਗਰ ਆਪਾਂ ਇਹ ਤੋਂ ਇੱਕ ਘੰਟਾ ਵੀ ਉਰਾ ਭਰਾਉਂਦੇ ਹਾਂ ਨਾ, ਤੇ ਸਮਝ ਲਓ ਕਿ ਉਹ ਆਪਾਂ ਨੂੰ ਨੁਕਸਾਨ ਹੋਇਆ, ਜਿਹੜੀ ਸੂਰਤ ਹਾਲ ਇਸ ਵਕਤ ਬਣੀ ਬਣੀ ਖੜੀ ਹੈ। ਤੇ ਬਾਕੀ ਦੋਸਤੋ ਆਹ ਕੰਡੀਸ਼ਨ ਹੈ, ਆਹ ਵੇਖੋ ਜਨਾਬ, ਪਾਣੀ ਸੁੱਕੇ ਪੈ ਨੇ ਤੇ ਪਾਣੀ ਸੁੱਕੇ ਦਾਈ ਸੁੱਕੇ ਪੈ ਨੇ, ਪਾਣੀ ਕੋਣੀ, ਹੁਣ ਗੱਲ ਇਹ ਹੈ ਕਿ ਇਤਾ ਕੋ ਪਾਣੀ ਹੈਗਾ ਵੀ ਉੱਚੇ ਕਿਲੇ ਨੂੰ ਪਾਣੀ ਚ ਲਾ ਵੀ ਹੈ ਜਨਾਬ, ਤੇ ਉਹ ਮੇਰਾ ਖਿਆਲ ਹੈ ਕਿ 24 ਘੰਟੇ ਦੇ 40 ਘੰਟਿਆਂ ਦੇ ਵਿੱਚ 1 ਕਿਲਾ ਨਹੀਂ ਆਉਣਾ, ਹਕੂਮਤ ਆ ਇਹ ਜੀ ਸਾਨੂੰ ਪਾਣੀ ਦਿੱਤੀ ਖਲੀ, ਹਾਂ ਤੇ ਪੈਸੇ ਇਹਨਾਂ ਦੇ ਲੈਂਦੇ ਪਏ, ਪੈਸੇ ਇਹਨਾਂ ਦੇ ਵੀ ਲੈਂਦੇ ਪਏ ਨੇ, ਇਹਨਾਂ ਨਾਲੋਂ ਬਿਹਤਰ ਕਿ ਸਾਡਾ ਤਾਂ ਮੋਗਾ ਹੀ ਜਿਹੜਾ ਐਡਾ ਯਾਨੀ ਕਿ ਸਾਨੂੰ ਕਿਸਾਨਾਂ ਨੂੰ ਬਿਜਲੀ ਦਾ ਬਿੱਲ ਵੀ ਆਉਂਦਾ ਹੈ, ਸਾਨੂੰ ਗੈਸ ਦਾ ਵੀ ਆਉਂਦਾ ਹੈ, ਸਾਨੂੰ ਜਨਾਬ ਪਾਣੀ ਦਾ ਵੀ ਆਉਂਦਾ, ਪਾਣੀ ਭਾਵੇਂ ਨਹੀਂ ਲੱਗਦਾ, ਸਾਨੂੰ ਰੇਜ ਦੇ ਪਾਣੀ ਦਾ ਵੀ ਬਿੱਲ ਆਉਂਦਾ, ਪਾਣੀ ਭਾਵੇਂ ਮੁੱਢੋਂ ਨਾ ਲੱਗੇ, ਰਜਵਾ ਭਾਵੇਂ ਸੁੱਕੇ ਪੈ ਰਮਣ। ਤੇ ਦੂਸਰੀ ਇਹ ਗੱਲ ਹੈ ਜੇ ਹੁਣ ਪਾਣੀ ਨਹੀਂ ਲਾਉਂਦੇ ਤਾਂ ਫਸਲ ਸੁੱਕਦੀ ਹੈ, ਜੇ ਪਾਣੀ ਲਾਉਣਾ ਤਾਂ ਬਿੱਲ ਆਉਂਦਾ, ਤਾਂ ਬਿੱਲ ਆਉਂਦਾ ਤਾਂ ਦਿਲ ਜਾਂਦਾ, ਕਿਉਂਕਿ ਮਹੀਨੇ ਦੇ 2-2.5 ਲੱਖ ਰੁਪਇਆ ਬਿੱਲ ਪਿਆ ਆਉਂਦੇ ਨੇ, ਤੇ ਬਾਈ ਦਿਲ ਜਾਂਦਾ।
ਜਿਹੜੇ ਜਿਹੜੇ ਖਾਵਣ ਜੋਗੇ ਦਾਣੇ ਰੱਖੇ ਹੋਏ ਨੇ ਉਹ ਜਨਾਬ ਥੋੜੇ ਥੋੜੇ ਕਰਦੇ ਵੇਚ ਵੇਚ ਤੋਂ ਬਿੱਲ ਵਾਲਾ ਹਿੱਸਾ ਪਾ ਦੇ ਤੇ ਉਹ ਉਧਰ ਦਿੰਦੇ। ਹਾਂ ਇਹ ਹਾਲਾਤ ਬਣੇ ਹੋਏ ਆ। ਤੇ ਬਾਕੀ ਜਨਾਬ ਤੁਹਾਡੇ ਕੋਲ ਕੀ ਸੂਰਤ ਹਾਲ ਹੈ? ਤੇ ਦੋਸਤ ਤੁਸੀਂ ਆਪਣੀ ਵੀ ਕੰਡੀਸ਼ਨ ਦੱਸਿਆ ਕਿ ਕੀ ਅੱਜ ਬੀਜ ਕੀ ਤੁਸੀਂ ਬੀਜਿਆ ਹੋਇਆ ਜਾਂ ਤੁਹਾਡੇ ਵੱਲੇ ਰੇਟ ਕੀ ਨੇ, ਕਣਕ ਦਾ ਕੀ ਰੇਟ ਹੈ ਅੱਗੇ, ਮਕਈ ਦਾ ਕੀ ਰੇਟ ਬਣ ਰਿਹਾ? ਇਨਸ਼ਾਅੱਲਾ ਮਿਲਦੇ ਹਾਂ ਅਗਲੀ ਵੀਡੀਓ ਨਾਲ ਜੀ, ਅੱਲਾ ਹਾਫਿਜ਼। ਬਾਕੀ ਦੋਸਤੋ ਅੱਜ ਜਨਾਬ ਕੁੱਲ ਪਾਵਰ ਚੇਅਰਮੈਨ ਸਾਹਿਬ ਦਾ ਆ ਗਿਆ ਜੀ,